पंजाब भर में आज पीआरटीसी और पनबस कच्चे मुलाजिमों को अपनी मांगों को लेकर अनिश्चितकालीन हड़ताल में, जिसके चलते राज्य भर में 2000 से ज्यादा बसों का चक्का जाम है। पंजाब में 27 डिपो के कर्मी हड़ताल पर, उनकी मांग है कि कच्चे मुलाजिमों को पक्का किया जाए। वहीं उनका कहना है कि चन्नी सरकार ने 20 दिन का समय मांगा था उनको पक्का किया जाए, लेकिन उस एक्ट में अभी उनको नहीं रखा गया, जिसके चलते उनको रोष है। वहीं दूसरी तरफ परेशान हो रहे मोगा बस स्टैंड की बात की जाए तो सरकारी बसों की हड़ताल के चलते सबसे ज्यादा समस्या महिलाओं को आ रही है, क्योंकि ज्यादातर महिलाएं सरकारी बसों में सफर के फ्री चलते सरकारी बसों में सफर करती, लेकिन आज महिलाओं को फ्री बस में सफर नहीं मिल रहा। बलजिंदर जी, बस स्टैंड कितनी देर तो खड़े हो? अच्छा, बसों की हड़ताल है, कितनी परेशानी आ रही है? परेशानी है, आज ही खड़े डीक रहे हैं, वेट कर रहे हैं, कोई आ नहीं रही, ये बोल रहे हैं इतने की हड़ताल आ जा नहीं आने आने बसा, तो परेशान आप ही तो आ रही है। मैं ज्यादा आधार कार्ड के बस आई ना, परेशान ही है दुनिया, आंदियां ही नहीं, प्राइवेट वादू चलती हैं, सरकारी कोई बस आती नहीं है। अज कितनी परेशानी आ रही है? अज परेशानी है, हम सवेरे बैठे हैं 11 की 10:30 बजे, अंक सवा 10 बजे, परेशानी आ रही है? हड़ताल बसा मिल रही है, टाइम से जाना होंगे, कितने पहुंच नहीं सकते, दिक्कत बहुत आती है। ਪ੍ਰਾਈਵੇਟ ਬੱਸਾਂ ਦਾ ਸਫ਼ਰ ਕਰੋਗੇ ਜੀ? ਪ੍ਰਾਈਵੇਟ ਵੀ ਬੈਠਣਾ ਮਜਬੂਰੀ, ਭੀੜ ਹੋ ਜਾਂਦੀ ਹੈ ਬੱਸਾਂ ਦੀ ਕਮੀ ਕਰਕੇ, ਰਾਜ ਹੋ ਜਾਂਦਾ, ਖੜ੍ਹੇ ਹੋ ਕੇ ਜਾਣਾ ਪੈਂਦਾ, ਇੰਨਾ ਸਫ਼ਰ ਨਹੀਂ ਹੁੰਦਾ ਕਈ ਵਾਰੀ ਖੜ੍ਹੇ ਹੋ ਕੇ। ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ? ਪਰੇਸ਼ਾਨੀ ਕਾਫੀ ਹੈ ਜੀ। ਕੀ ਕਹਿਣਾ ਚਾਹੋਗੇ? ਬਸ ਵੀ ਹੈ, ਜੋ ਵੀ ਮਸਲਾ ਪ੍ਰੋਬਲਮ ਹੈਗੀ ਆ ਉਹ ਸੁਣੀ ਜਾਵੇ, ਹੱਲ ਕੀਤਾ ਜਾਵੇ ਜਲਦੀ, ਜੋ ਪਰੇਸ਼ਾਨ ਹੋਣ ਤੋਂ ਬਚ ਸਕਣ। ਅੱਜ ਤੁਹਾਨੂੰ ਮੇਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ, ਕਿਉਂਕਿ ਸਾਡੀ ਮੁੱਖ ਮੰਤਰੀ ਨਾਲ ਪਹਿਲਾਂ ਵੀ ਮੀਟਿੰਗ ਹੋਈ ਸੀ, ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮੈਨੂੰ 20 ਦਿਨ ਦਾ ਸਮਾਂ ਦਿੱਤਾ ਜਾਓ, ਕਿਉਂਕਿ ਤੁਹਾਨੂੰ ਅਸੀਂ ਤੁਹਾਡੇ ਮਹਿਕਮਿਆਂ ਦੇ ਵਿੱਚ ਰੈਗੂਲਰ ਕਰਾਂਗੇ। ਪਰ ਉਸ 20 ਦਿਨਾਂ ਤੋਂ ਬਾਅਦ ਉਹਨਾਂ ਨੇ ਇੱਕ ਐਕਟ ਬਣਾਇਆ ਗਿਆ, ਉਸ ਐਕਟ ਦੇ ਵਿੱਚ ਸਾਡੀ ਪੰਜਾਬ ਰੋਡਵੇਜ਼ ਨੂੰ ਸ਼ਾਮਲ ਨਹੀਂ ਕੀਤਾ ਗਿਆ, ਸਾਨੂੰ ਉਸ ਚੀਜ਼ ਦਾ ਵੀ ਰੋਸ ਹੈ। ਉਹ ਤੋਂ ਬਾਅਦ ਸਾਡੇ ਟਰਾਂਸਪੋਰਟ ਮੰਤਰੀ ਨਾਲ ਵੀ ਸਾਡੀ ਮੀਟਿੰਗ ਹੋਈ, ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਜਿਹੜੀ ਪਹਿਲੀ ਕੈਬਨਿਟ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਤੁਹਾਡਾ ਅਸੀਂ ਹੱਲ ਕਰਾਂਗੇ, ਤੁਹਾਨੂੰ ਪੱਕਿਆਂ ਕਰਾਂਗੇ। ਪਰ 1 ਦਸੰਬਰ ਨੂੰ ਜਿਹੜੀ ਇਹਨਾਂ ਦੀ ਕੈਬਨਿਟ ਦੀ ਮੀਟਿੰਗ 15 ਮਿੰਟ ਦੀ ਮੀਟਿੰਗ ਆਪਦੇ ਕਾਟੋ ਕਲੇਸ਼ ਦੇ ਕਰਕੇ ਸਮਾਪਤ ਹੋ ਗਈ, ਉਹਦੇ ਵਿੱਚ ਸਾਡਾ ਇਹਨਾਂ ਨੇ ਕੁਝ ਵੀ ਨਹੀਂ ਕੀਤਾ, ਨਾ ਹੀ ਸਾਨੂੰ ਕੋਈ ਪੱਕਿਆ ਕੀਤਾ, ਨਾ ਕੁਝ ਹੋਰ ਕੀਤਾ, ਇਸ ਲਈ ਸਾਨੂੰ ਰੋਸ ਆ, ਅਸੀਂ ਅੱਜ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਾਂ। ਕੋ ਜੀ, ਸਾਡੇ 27 ਦੇ 27 ਡੀਪੂ ਬੰਦ ਆ ਜੀ ਪੰਜਾਬ ਰੋਡਵੇਜ਼ ਅਤੇ PRTC ਦੇ, ਅਤੇ ਸਾਡਾ ਮੋਗੇ ਦਾ ਇਕੱਲੇ ਦਾ 8 ਲੱਖ ਰੁਪਈਏ ਦਾ ਨੁਕਸਾਨ ਆ ਰਿਹਾ ਇੱਕ ਦਿਨ ਦਾ ਜੀ। ਮੋਗਾ ਤੋਂ ਦਿਲੀਪ ਕੁਮਾਰ ਕੀ ਰਿਪੋਰਟ।